ਉਹਨੇ ਜਗ੍ਹਾ ਜਗ੍ਹਾ ਬੋਰਡ ਛਪਾਈ ਫਿਰਦਾ ਹੈ। ਹੁਣ ਜੇ ਇਹਨੂੰ ਗਾਲਾਂ ਨਾ ਕੱਢੀਏ ਤਾਂ ਇਹਨੂੰ ਕੀ ਕਰੀਏ ਦੱਸੋ? ਮੇਰਾ ਜੀ ਕਰਦਾ ਮੈਂ ਕਰੂੰ ਖਰਾਬ। ਇਹਨਾਂ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਪੰਜਾਬੀ ਸਿੰਗਰ ਸ਼ੈਰੀਮਾਨ ਦੀ ਇੱਕ ਵੀਡੀਓ ਦੱਬ ਕੇ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਸ਼ੈਰੀਮਾਨ ਪੰਡਿਤ ਰਾਓ ਧਨੇਵਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਰਹੇ ਨੇ ਅਤੇ ਉਹਨਾਂ ਨੂੰ ਗਾਲਾਂ ਵੀ ਕੱਢ ਰਹੇ ਨੇ। ਹੁਣ ਜਗ੍ਹਾ ਜਗ੍ਹਾ ਬੋਰਡ ਛਪਾਈ ਫਿਰਦਾ ਹੈ, ਹੁਣ ਜੇ ਇਹਨੂੰ ਗਾਲਾਂ ਨਾ ਕੱਢੀਏ ਤਾਂ ਇਹਨੂੰ ਕੀ ਕਰੀਏ ਦੱਸੋ? ਤੁਸੀਂ ਆਪ ਦੱਸੋ ਯਾਰ ਕੀ ਕਰੀਏ ਦੱਸੋ। ਤੁਸੀਂ ਖਰਾਬ ਨਹੀਂ ਹੋਏ, ਇਸਕਾ ਮਤਲਬ ਦੂਜੇ ਨੂੰ ਖਰਾਬ ਕਰੋਗੇ। ਮੇਰਾ ਜੀ ਕਰਦਾ ਮੈਂ ਕਰੂੰ ਖਰਾਬ। ਨਹੀਂ ਇਹ ਤਾਂ ਕ੍ਰਿਮੀਨਲ ਐਕਟ ਹੋ ਗਿਆ ਨਾ। ਹਾਂਜੀ ਹੁਣ ਸਾਡੇ ਘਰੇ ਪੰਡਿਤ ਜੀ, ਸਾਡੇ ਘਰੇ ਜੀ ਨਿਊਜ਼ ਚੱਲਦਾ ਜੀ, ਸਾਡੇ ਘਰੇ ਗੰਦੀ ਜੀ ਫਿਲਮ ਚੱਲਦੀ ਹੈ ਸਾਊਥ ਇੰਡੀਅਨ, ਹੁਣ ਉਹਨੂੰ ਕਿਵੇਂ ਰੋਕੀਏ? ਇੱਕ ਹੋਰ ਸਵਾਲ ਵੀ ਸੁਣ ਲਓ ਮੈਂ। ਅੱਛਾ ਇੱਕ ਮੈਂ ਸਵਾਲ ਕਰਨ ਲੱਗਾ, ਮੈਂ ਮੇਰਾ ਜਵਾਬ ਦਿਓਗੇ? ਹਾਂਜੀ। ਮੈਂ ਇੱਕ ਐਲਬਮ ਕੀਤੀ ਸੀਗੀ, ਉਹਦਾ ਨਾਂ ਸੀ ਮੇਰੀ ਬੇਬੇ ਜੀ ਜੀ, ਸਾਰੀ ਸੱਭਿਆਚਾਰਕ ਐਲਬਮ ਸੀ, ਉਹਦੇ 'ਚ ਮੈਨੂੰ ਚਾਰ ਗਾਣੇ ਦੱਸ ਦਿਓ ਕਿਹੜੇ ਸੀ। ਨਾਲ ਹੀ ਸ਼ੈਰੀਮਾਨ ਆਪਣੇ ਗੀਤਾਂ ਬਾਰੇ ਵੀ ਪੰਡਿਤ ਰਾਵ ਨੂੰ ਪੁੱਛ ਰਹੇ ਨੇ ਕਿ ਉਹਨਾਂ ਦੇ ਗੀਤਾਂ ਬਾਰੇ ਪੰਡਿਤ ਰਾਵ ਦਾ ਕੀ ਕਹਿਣਾ ਹੈ। ਸ਼ਾਂਤ ਸੁਭਾਅ ਦੇ ਕਹੇ ਜਾਣ ਵਾਲੇ ਗਾਇਕ ਸ਼ੈਰੀਮਾਨ ਨੂੰ ਅਜਿਹਾ ਕੀ ਹੋਇਆ ਕਿ ਉਹ ਪੰਡਿਤ ਰਾਵ ਨਾਲ ਕਿਸ ਗੱਲ ਨੂੰ ਲੈ ਕੇ ਬਹਿਸ ਰਹੇ ਨੇ? ਕਾਰਨਾਂ ਦਾ ਤਾਂ ਅਜੇ ਪਤਾ ਨਹੀਂ, ਪਰੰਤੂ ਅਜਿਹੀ ਕੀ ਗੱਲ ਹੈ ਜਿਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ? ਇਸ ਬਾਰੇ ਦਰਸ਼ਕਾਂ ਦਾ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।